ਸਾਡੇ ਦੇਖਣ ਦੇ ਮੁਤਾਬਕ ਜੀ ਐਤਕੀ 50% ਤੋਂ ਵੱਧ ਸਿੱਧੀ ਬਿਜਾਈ ਹੋਊਗੀ। ਆਪਣੇ ਨਾਲ ਹੋਰ ਕਿਸਾਨ ਖੜੇ ਨੇ, ਇਹ ਸਾਰੀ ਸਿੱਧੀ ਬਿਜਾਈ ਵਾਲੇ ਨੇ ਆਪਣੇ ਕੋਲੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਪਾਣੀ ਦੇ ਡਿੱਗਦੇ ਮਿਆਰ ਨੂੰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕੀਤੇ ਜਾਣ ਦੇ ਉਪਰਾਲੇ ਹੋ ਰਹੇ ਨੇ ਅਤੇ ਜੋ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨਗੇ ਉਹਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਸੇ ਵੀ ਦਿੱਤੇ ਜਾਣਗੇ। ਇਸ ਉਪਰਾਲੇ ਤੋਂ ਪ੍ਰੇਰਿਤ ਹੋ ਕੇ ਕਿਸਾਨਾਂ ਵੱਲੋਂ ਨਾਭਾ ਬਲਾਕ ਦੇ ਪਿੰਡ ਤੁੰਗਾ ਵਿੱਚ ਵੱਡੇ ਪੱਧਰ 'ਤੇ ਸਿੱਧੀ ਬਿਜਾਈ ਕਰਕੇ ਪਾਣੀ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ। ਨਹੀਂ ਦੇਖੋ, ਬਹੁਤ ਵਧੀਆ ਗੱਲ ਹੈ ਜੇ ਸਿੱਧੀ ਬਿਜਾਈ ਹੋ ਜਾਵੇ ਤਾਂ ਹੈ ਤਾਂ ਬਹੁਤ ਵਧੀਆ ਗੱਲ। ਇਹਦੇ ਨਾਲ ਨਾ ਅਸਲ ਦੇ ਵਿੱਚ ਜਿਹੜਾ ਸਾਰਿਆਂ ਤੋਂ ਮੇਨ ਫੰਡ ਹੈਗਾ ਉਹ ਇਹ ਆ ਵੀ ਜਿਹੜਾ ਟਰਡੀਸ਼ਨਲ ਸੀ ਕੱਦੂ ਕਰਕੇ ਪਹਿਲਾਂ ਲਾਉਂਦੇ ਸੀ ਝੋਨਾ, ਉਹਦੇ ਨਾਲ ਮਤਲਬ ਕਿ ਵਾਟਰ ਰੀਚਾਰਜ ਨਹੀਂ ਸੀ ਹੁੰਦਾ। ਜਿਹੜੀ ਹੁਣ ਡਾਇਰੈਕਟ ਜਿਹੜੀ ਅਸੀਂ ਇਹ ਬਿਜਾਈ ਕਰਾਂਗੇ ਇਹਦੇ ਨਾਲ ਵਾਟਰ ਰੀਚਾਰਜ ਹੋਊਗਾ। ਕੱਦੂ ਕਰਨ ਦੇ ਨਾਲ ਜਿਹੜਾ ਧਰਤੀ ਦੇ ਹੇਠਾਂ ਪਾਣੀ ਨਹੀਂ ਸੀ ਜਾਂਦਾ। ਸਾਰਿਆਂ ਤੋਂ ਵੱਡੀ ਗੱਲ ਤਾਂ ਇਹ ਆ ਵੀ ਇੱਕ ਤਾਂ ਅਸੀਂ ਪਾਣੀ ਘੱਟ ਕੱਢਾਂਗੇ, ਦੂਜਾ ਜਿਹੜੀ ਸਾਰਿਆਂ ਤੋਂ ਵੱਡੀ ਇਹ ਸੀ ਵੀ ਹੜ੍ਹਾਂ ਦੀ ਜਿਹੜੀ ਸਮੱਸਿਆ ਆਉਂਦੀ ਸੀ ਇੱਥੇ ਉਹਨੇ ਬਹੁਤ ਹੱਦ ਤੱਕ ਕੰਟਰੋਲ ਹੋ ਜਾਣਾ, ਕਿਉਂਕਿ ਇਹਨਾਂ ਖੇਤਾਂ ਦੇ ਹੇਠਾਂ ਹੀ ਪਾਣੀ ਚੱਲਿਆ ਨਾ, ਉਹਦੇ ਨਾਲ ਹੀ ਪਾਣੀ ਦਾ ਲੈਵਲ ਉੱਚਾ ਉੱਠਣਾ ਗਾ। ਮਤਲਬ ਕਿ ਬਹੁਤ ਵਧੀਆ ਉਪਰਾਲਾ ਜਿਹੜੀ ਅਸੀਂ 1500 ਵਾਲੀ ਗੱਲ ਕਰਦੇ ਹਾਂ ਵੀ ਸਰਕਾਰ ਨੇ 1500 ਦਿੱਤਾ ਜਾਂ ਉਹ ਘੱਟ ਦਿੱਤਾ, ਜ਼ਿਆਦਾ ਦੇਣਾ ਚਾਹੀਦਾ ਸੀ। ਚਲੋ ਇਹਦਾ ਇੱਕ ਮੋਟੀਵੇਸ਼ਨ ਆ ਜੀ ਕਿਸਾਨਾਂ ਨੂੰ ਕਰਨ ਲਈ, ਪੈਸੇ ਕੋਈ ਮਾਇਨਾ ਨਹੀਂ ਰੱਖਦੇ ਵੀ ਘੱਟ ਦਿੱਤਾ ਜਾਂ ਵੱਧ, ਮਤਲਬ ਇਹ ਵੀ ਮੋਟੀਵੇਟ ਕੀਤਾ ਸਰਕਾਰ ਨੇ, ਬਹੁਤ ਵਧੀਆ ਗੱਲ ਹੈਗੀ, ਚੰਗੀ ਗੱਲ ਆ। ਕਿਸਾਨਾਂ ਨੂੰ ਕਰਨਾ ਚਾਹੀਦਾ, ਇੰਟਰਸਟ ਨਾਲ ਕਰਨਾ ਚਾਹੀਦਾ, ਵੱਧ ਬੀਜਣੀ ਚਾਹੀਦੀ, ਉਹਨੂੰ ਪਾਲਣਾ ਚਾਹੀਦਾ ਝੋਨੇ ਨੂੰ। ਇਹ ਨਹੀਂ ਹੈਗਾ ਵੀ ਅਸੀਂ ਬੀਜ ਕੇ ਫਿਰ ਅਸੀਂ ਨਾਰ ਪਨੀਰੀ ਲਾ ਲਈ ਉਹਦੀ, ਕੱਲ੍ਹ ਨੂੰ ਅਸੀਂ ਇਹਨੂੰ ਵਾਹੁਣ ਨੂੰ ਚੱਲ ਪਈਏ, ਉਹਦੇ ਨਾਲ ਡੀਮੋਟੀਵੇਟ ਹੋ ਜਾਂਦਾ, ਮਨੋਬਲ ਟੁੱਟਣਾ, ਸਾਨੂੰ ਦੇਖ ਕੇ ਚਾਰ ਨੇ ਹੋਰ ਵਾਹੁਣੀ ਆ, ਯਾਨੀ ਉਹ ਨਹੀਂ ਹੋਣਾ ਚਾਹੀਦਾ। ਵਧੀਆ ਗੱਲ ਆ, ਵਧੀਆ ਉਪਰਾਲਾ। ਹਾਂ ਵਧੀਆ ਵਧੀਆ ਉਪਰਾਲਾ। 2 ਮਹੀਨੇ ਵਿੱਚ ਜਿਵੇਂ MSP ਵੀ ਦਿੱਤੀ, ਚਾਹੇ ਮੱਕੀ 'ਤੇ ਹੋਵੇ ਚਾਹੇ ਮੂੰਗੀ 'ਤੇ ਹੋਵੇ। ਦੇਖੋ MSP ਦਾ ਜਿਹੜਾ ਕੱਲ੍ਹ ਇਹਨਾਂ ਨੇ ਨੋਟੀਫਿਕੇਸ਼ਨ ਕੀਤਾ, ਬਹੁਤ ਵਧੀਆ ਗੱਲ ਆ, ਬਾਹਲੀ ਵਧੀਆ ਗੱਲ ਆ ਕਿ ਇੱਕ ਮਤਲਬ ਕਿ ਥਰਡ ਜਿਹੜੀ ਸਾਨੂੰ ਕਰੋਪ ਆ ਗਈ ਉਹ ਮਿਲੀ MSP ਵਾਲੀ, ਪਹਿਲਾਂ ਤਾਂ 2 ਹੀ ਸੀ, ਉਹਦੇ ਨਾਲ ਵੀ ਬਹੁਤ ਵਧੀਆ ਹੈਗਾ। ਜੇ ਉਹਨੂੰ ਇੰਪਲੀਮੈਂਟ ਕਰਦੇ ਨੇ, ਖਰੀਦਦੇ ਨੇ, ਤਾਂ ਮੈਂ ਕਹਿੰਦਾ ਵੀ ਇਹ ਸਾਰਿਆਂ ਤੋਂ ਵਧੀਆ ਹੈ। ਇਹਦੇ ਨਾਲ ਜਿਹੜੀਆਂ ਹੋਰ ਨੇ ਜਿਵੇਂ ਹੁਣ ਮੱਕੀ ਲਾ ਰਹੇ ਨੇ, ਨਾਲ ਸਬਜ਼ੀਆਂ ਰੁਲਦੀਆਂ ਸੀ, ਸਬਜ਼ੀਆਂ ਦੀ ਥੋੜ੍ਹੀ ਜਿਹੀ ਇੱਕ ਹੋਰ ਮਾਰਕੀਟ ਨੇ ਅੱਪ ਹੋ ਜਾਣਾਗਾ, ਯਾਨੀ ਕਿਸਾਨਾਂ ਲਈ ਬਹੁਤ ਵਧੀਆ MSP, ਬਹੁਤ ਵਧੀਆ ਉਪਰਾਲਾ ਜਿਹੜਾ ਹੁਣ ਤੱਕ ਕਿਸੇ ਨੇ ਕੀਤਾ ਨਹੀਂ ਸੀ, ਇਹਨਾਂ ਨੇ ਕੀਤਾ, ਪ੍ਰਸ਼ੰਸਾ ਯੋਗ ਹੈ। ਸਾਡੇ ਦੇਖਣ ਦੇ ਮੁਤਾਬਕ ਜੀ ਐਤਕੀ 50% ਤੋਂ ਵੱਧ ਸਿੱਧੀ ਬਿਜਾਈ ਹੋਊਗੀ, ਕਿਉਂਕਿ ਮੈਂ ਵੀ ਪਰਸੋਂ 'ਚ ਉੱਥੇ ਸਿੱਧੀ ਬਿਜਾਈ ਆਪਦੀ ਕਰਕੇ ਹਟਿਆ। ਆ ਸਾਡਾ ਕਿਸਾਨ ਅਮਰ ਸਿੰਘ, ਇਹ ਵੀ ਸਿੱਧੀ ਬਿਜਾਈ ਕਰ ਰਿਹਾ, ਸਾਡੇ ਪ੍ਰਧਾਨ ਜੀ ਨਾਲ ਖੜ੍ਹੇ ਜਰਨੈਲ ਸਿੰਘ, ਇਹਨਾਂ ਨੇ ਵੀ 4-5 ਕਿੱਲੇ ਐਤਕੀ ਸਿੱਧੀ ਬਿਜਾਈ ਦੇ ਕੀਤੇ ਨੇ। ਆਪਣੇ ਨਾਲ ਹੋਰ ਕਿਸਾਨ ਖੜ੍ਹੇ ਨੇ, ਇਹ ਸਾਰੀ ਸਿੱਧੀ ਬਿਜਾਈ ਵਾਲੇ ਨੇ ਆਪਣੇ ਕੋਲੇ, ਕਿਉਂਕਿ ਜਿਹੜੀ ਸਿੱਧੀ ਬਿਜਾਈ ਦਾ ਐਲਾਨ ਕੀਤਾ ਸਰਕਾਰ ਨੇ, ਇਹਦੇ 2 ਫਾਇਦੇ ਨੇ। ਇੱਕ ਤਾਂ ਸਾਡਾ ਖਰਚਾ ਬਹੁਤ ਘੱਟ ਗਿਆ, ਇਹਦੇ 'ਤੇ ਖਰਚਾ ਨਹੀਂ ਆਉਂਦਾ ਸਾਨੂੰ, ਲੇਬਰ ਦੀ ਵੱਡੀ ਸਮੱਸਿਆ। ਦੂਜੀ ਗੱਲ ਇਹ ਆ ਵੀ ਸਰਕਾਰ ਨੇ 1500 ਰੁਪਇਆ ਪਰ ਏਕੜ ਦਾ ਐਲਾਨ ਕੀਤਾ, ਇਹ ਵੀ ਚੰਗੀ ਗੱਲ ਕਹਿੰਦੇ ਅਸੀਂ, ਪਰ ਇਹ 1500 ਨਾਲ ਕਿਸਾਨਾਂ ਦਾ ਬਣਨਾ ਕੁਛ ਨਹੀਂ, ਕਮ ਸੇ ਕਮ 10,000 ਪ੍ਰਤੀ ਏਕੜ ਕਿਸਾਨਾਂ ਨੂੰ ਦਿੱਤਾ ਜਾਵੇ, ਕਿਉਂਕਿ ਇਸ ਬਿਜਾਈ ਦੇ ਵਿੱਚ 1 ਥੈਲਾ DAP ਦਾ ਪਾਉਣਾ ਬੜਾ ਜ਼ਰੂਰੀ ਹੁੰਦਾ। 1500 ਤੋਂ ਘੱਟ ਥੈਲਾ ਹੀ ਨਹੀਂ ਆਉਂਦਾ ਸਾਡਾ DAP ਦਾ, ਉਸ ਕਰਕੇ ਉਹ ਸਾਨੂੰ ਇਹਦਾ ਕੋਈ ਬਹੁਤਾ ਲਾਭ ਨਹੀਂ ਹੋ ਸਕਦਾ ਵੀ ਸਰਕਾਰ ਨੇ ਜਿੱਥੇ ਬਾਂਹ ਫੜੀ ਆ ਸਾਡੀ ਉੱਥੇ ਜਾਣੀ 10,000 ਰੁਪਇਆ ਪ੍ਰਤੀ ਏਕੜ ਇਹ ਸਾਨੂੰ ਮਤਲਬ ਦੇਣ, ਤਾਂ ਕਿ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਉੱਠੇ। ਸਿੱਧੀ ਬਿਜਾਈ ਹੋਣ ਦੇ ਨਾਲ ਸਾਡੀ ਜਿਹੜੀ ਧਰਤੀ ਦਾ ਪਾਣੀ ਆ ਉਹ ਬਚ ਸਕੇ, ਸਾਡੇ ਆਉਣ ਵਾਲੀ ਪੀੜ੍ਹੀ ਨੂੰ ਉਹ ਪਾਣੀ ਮਿਲ ਸਕੇ, ਕਿਉਂਕਿ ਜੇ ਸਰਕਾਰ ਇਹ ਉਪਰਾਲਾ ਨਾ ਕਰਦੀ ਤਾਂ ਰਾਜਸਥਾਨ ਬਣਨ ਨੂੰ ਆਹ ਪੰਜਾਬ ਨੂੰ ਬਹੁਤਾ ਟਾਈਮ ਨਹੀਂ ਸੀ ਲੱਗਣਾ, ਰਾਜਸਥਾਨ ਬਣੇ ਹੀ ਪਿਆ ਸੀਗਾ। ਇਸ ਕਰਕੇ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ, ਕਿਸਾਨਾਂ ਦਾ ਵੱਡੀ ਪੱਧਰ 'ਤੇ ਧੰਨਵਾਦ ਕਰਦੇ ਹਾਂ ਜਿਹੜੇ ਜਾਗਰਤ ਹੋਏ ਨੇ, ਜਿਹੜੇ ਸਿੱਧੇ ਬਿਜਾਈ ਵੱਲ ਨੂੰ ਚੱਲੇ ਨੇ, ਮੂੰਗੀ ਲਾਈ ਆ, ਮੱਕੀ ਲਾਈ ਆ, ਹੋਰ ਫਸਲਾਂ ਵੱਲ ਨੂੰ ਵੀ ਕਿਸਾਨਾਂ ਦਾ ਜਿਹੜਾ ਰੁਝਾਨ ਅੱਜ ਦੇਖਣ ਨੂੰ ਮਿਲਿਆ ਸਾਨੂੰ। ਬਹੁਤ ਹੀ ਵਧੀਆ ਸਰਕਾਰ ਦਾ ਉਪਰਾਲਾ ਕਹਾਂਗੇ ਅਸੀਂ ਤਾਂ, ਕਿਸਾਨਾਂ ਦਾ ਉਪਰਾਲਾ ਜਿਹੜੇ ਅੱਜ ਪਾਣੀ ਬਚਾਉਣ ਵਾਲੇ ਸਾਰੇ ਇਕੱਲੇ ਇਕੱਲੇ ਕਿਸਾਨ ਨੇ ਇਹਦੇ 'ਤੇ ਚਿੰਤਾ ਪ੍ਰਗਟ ਕੀਤੀ ਆ, ਇਕੱਲਾ ਇਕੱਲਾ ਕਿਸਾਨ ਪਾਣੀ ਨੂੰ ਬਚਾਉਣ ਵਾਸਤੇ ਅੱਜ ਚੱਲਿਆ ਇਸ ਰਸਤੇ 'ਤੇ। ਸਰਕਾਰ ਵੱਲੋਂ ਹੁਣ 14 ਜੂਨ ਨੂੰ ਐਲਾਨ ਕੀਤਾ ਗਿਆ, ਕੀ ਲੱਗਦਾ ਉਸ ਤੋਂ ਪਹਿਲਾਂ ਕਿੰਨੇ ਕੁ ਕਿਸਾਨ ਬੀਜਣਗੇ ਸਿੱਧੀ ਬਿਜਾਈ? ਅਤੇ ਉਹ ਕਾਫੀ ਬਿਜਾਈ ਸਿੱਧੀ ਹੋ ਜਾਣੀ ਆ, ਕਿਉਂਕਿ ਜਿਹੜੀ ਸਰਕਾਰ ਨੇ 14 ਤਰੀਕ ਦਾ ਐਲਾਨ ਕੀਤਾ ਅਤੇ ਕੱਲ੍ਹ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ 10 ਜੂਨ ਨੂੰ ਝੋਨਾ ਲਾਉਣ ਦਾ ਵੀ ਐਲਾਨ ਕਰਤਾ। ਕਾਰਨ ਸਾਨੂੰ ਖੇਤੀ ਜੀ ਦਾ ਕੋਈ ਏਡਾ ਵੱਡਾ ਲਾਭ ਵਾਲੀ ਗੱਲ ਨਹੀਂ ਸੀ, ਗੱਲ ਤਾਂ ਲੇਬਰ ਦੀ ਆ, ਲੇਬਰ ਨਹੀਂ ਮਿਲਦੀ ਇਕੱਠੀ। ਦੂਜੀ ਗੱਲ ਇਹ ਆ ਵੀ ਜਿਹੜਾ ਅਸੀਂ ਲੇਟ ਝੋਨਾ ਬੀਜਦੇ ਹਾਂ ਉਹਦਾ ਜਿਹੜਾ ਮੋਚਰ ਆ ਉਹ ਨਹੀਂ ਜਾਂਦਾ, ਕਿਸਾਨ ਫਿਰ ਮੰਡੀਆਂ 'ਚ ਰੁਲਦਾ, ਕਿਉਂਕਿ ਉਹਦੇ ਵਿੱਚੋਂ ਜਿਹੜੀ ਨਮੀ ਆ ਉਹ ਖਤਮ ਨਹੀਂ ਹੁੰਦੀ, ਤਾਂ ਕਿਸਾਨ ਉੱਥੇ ਖੱਜਲ ਖੁਆਰ ਹੁੰਦਾ। ਇਸ ਕਰਕੇ ਹੀ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਮਰਜ਼ੀ ਕਿਸਾਨ ਝੋਨਾ ਲਾ ਲਵੇ, ਗੇਤਾ ਲੱਗ ਜਾਵੇ, ਤਾਂ ਵੇਚਣ ਵੇਲੇ ਸਾਨੂੰ ਦਿੱਕਤ ਨਾ ਆਵੇ, ਉਸ ਟਾਈਮ ਠੰਡ ਹੋ ਜਾਂਦੀ ਆ, ਉਹ ਟਾਈਮ ਸਾਨੂੰ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।
कुछ राहत तो मिलू जो 1500 एकड़ कहा किसी ना कुछ ना कुछ तो मिलूगी। हाँ 1500 रुपया एकड़ ना देखो सानू बहुत वधिया लाभ मिल रहा ही नहीं है क्योंकि सरकार ने जो भी पैसा दिता सानू दा 1500 थोड़ा लगता पर सरकार ने पूरे पंजाब नहीं देखना उन्हों का बहुत बड़ा खर्चा होना क्योंकि सरकार को पैसा नहीं है खजाना खाली आ क्योंकि पहला सारा ही ताना माणा उलझा होया सुलझाने वास्ते सरकार को समा चाहिए इस करके सरकार ने अब थोड़ा ऐलान किया हो सकता आने वाले समय से सरकार वड्डा ऐलान भी कर सकती है वध भी किसानों की बांह फड़ सकती है जिवें अज मंगी मूंगी के उत्ते MSP दिती है 7200 नूं जे 7200 नूं साडी मूंगी खरीदी गई अदा जीरी लाउणी ही नहीं हैगी जीरी दा अज किसान फसया होया ला रहा किसान का कोई राह नहीं कोई चारा नहीं दिंदा तां सानूं जीरी लाउणी पैंदी आ अज तां जीरी छड्डण नूं तैयार हाँ होरां फसलां वल नूं सरकार जिवें ध्यान दे रही आ इस तरह ध्यान मिल जाए अज तां जीरी तों अके पए आ क्योंकि जीरी दे नाल साडे वड्डे नुकसान होए ने प्रदूषण का सब तो वड्डा जीरी दे ही आ प्रदूषण क्योंकि जे जीरी लगनी हट जाए नाले प्रदूषण नहीं रहूगा नाले साडा पानी बचूगा दो फायदे होंदे ने सानूं तां इस करके सरकार दा ही वधिया उपराला मंनदा सिद्धी बिजाई दे बारे किन्ने क संतुष्ट ने मान सरकार बहुत वधिया सानू खुशी दी कह लो भी लहर मचम कुठी आ भी सरकार जिहड़ी मतलब ऐलान करदी आ किसान इस गल ते खुश बहुत ने भी साडी सरकार ने बांह फड़ी आ क्योंकि जिहड़ियां पहलियां सरकारां दियां 70 साल सानू लुट के खादा दित्ता कुछ ने आपदियां कुर्सियां बारे सोचिया किसानां बारे मजदूरां बारे नहीं सोचिया पर अज जिहड़ी नवीं सरकार आ अज दी मौजूदा सरकार ने किसानां ते मजदूरां दी बांह फड़ी आ धन्नवाद करदे सरकार दा।